ਕਾਂਗਰਸ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਿਰੋਧ ਨੂੰ ਗਲਤ ਦੱਸਿਆ ਜਾ ਰਿਹਾ ਹੈ। ਅਕਾਲੀ ਦਲ ਨੇ ਸਿਆਸਤ ਕੀਤੀ ਹੈ ਕਿਉਂਕਿ ਅਕਾਲੀ ਦਲ ਆਪ ਸਾਫ ਨਹੀਂ ਹੈ। ਅਕਾਲੀ ਦਲ ਨੇ ਉਸ ਤਰ੍ਹਾਂ ਦੇ ਬੰਦਿਆਂ ਨੂੰ ਡੀਜੀਪੀ ਲਾ ਕੇ ਰੱਖਿਆ, ਉਸ ਤਰ੍ਹਾਂ ਦੇ ਕੰਮ ਕਰਵਾਏ, ਨਿਹੱਥਿਆਂ ਤੇ ਗੋਲੀਆਂ ਚਲਵਾਈਆਂ ਤੇ ਅੱਜ ਉਹ ਸਿਰਫ ਤੇ ਸਿਰਫ ਸਿਆਸਤ ਕਰਨ ਵਾਸਤੇ ਵਿਰੋਧ ਕਰ ਰਹੇ ਨੇ, ਵੈਸੇ ਰਲੇ ਹੋਏ ਆ। ਮੈਂ ਪੁੱਛਦਾ ਅਕਾਲੀ ਦਲ ਦੀ ਜਿੰਨੀ ਸਮੁੱਚੀ ਲੀਡਰਸ਼ਿਪ ਹੈ ਕਿ 10 ਸਾਲ ਉਹ ਸੱਤਾ ਵਿੱਚ ਰਹੇ ਲਗਾਤਾਰ, ਤੇ ਉਦੋਂ ਹਿਊਮਨ ਰਾਈਟਸ ਵਾਇਲੇਸ਼ਨ ਕਿਉਂ ਨਹੀਂ ਯਾਦ ਆਈ? ਕਿਉਂ ਨਹੀਂ ਕੋਈ ਇਸ ਤਰ੍ਹਾਂ ਦਾ ਕਮਿਸ਼ਨ ਬਿਠਾਇਆ ਗਿਆ ਜਿਹਦੇ ਤੋਂ ਪਤਾ ਲੱਗਦਾ ਵੀ ਕਿਹੜੇ ਕਿਹੜੇ ਅਫਸਰ ਜ਼ਿੰਮੇਵਾਰ ਸੀਗੇ?